ਵਿਧਾਨਸਭਾ ਚੋਣਾਂ ਦੇ ਨਾਲ ਹੀ ਅੰਮ੍ਰਿਤਸਰ ਜ਼ਿਮਨੀ ਚੋਣ ਦਾ ਦੰਗਲ ਵੀ ਪਖਿਆ ਹੋਇਆ ਹੈ। ਹਰੇਕ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਕਾਂਗਰਸ ਦੇ ਗੁਰਜੀਤ ਔਜਲਾ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਜਿੱਤ ਦਾ ਦਾਅਵਾ ਕੀਤਾ। ਟਿਕਟ ਮਿਲਣ ਤੋਂ ਬਾਅਦ ਆਗੂਆਂ ਦਾ ਸਿਆਸੀ ਦੌਰਾ ਰਫ਼ਤਾਰ ਫੜਨ ਲੱਗਿਆ ਹੈ। ਇਸੇ ਲੜੀ ਵਿੱਚ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਕਾਂਗਰਸ ਦੇ ਵੱਲੋਂ ਦੀ ਟਿਕਟ ਪਾਉਣ ਵਾਲੇ ਗੁਰਜੀਤ ਔਜਲਾ ਨੇ ਗੁਰੂ ਨਗਰੀ ਵਿੱਚ ਰੋਡ ਸ਼ੋਅ ਦੇ ਜ਼ਰੀਏ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਆਪਣੀ ਜਿੱਤ ਦਾ ਦਾਅਵਾ ਕੀਤਾ। ਔਰ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਹਾਂ ਕਿ ਜਿੰਨੇ ਵੀ ਮੁੱਦੇ ਆ ਅੰਮ੍ਰਿਤਸਰ ਸ਼ਹਿਰ ਦੇ, ਉਹ ਮੈਂ ਮੇਰੇ ਦਿਲ ਦੇ ਵਿੱਚ ਉਸ ਗਹਿਰਾਈ ਤੱਕ ਰਾਜ ਕਰ ਰਿਹਾ ਔਰ ਉਹਨਾਂ 'ਤੇ ਮੈਂ ਇੱਕ ਇੱਕ ਮੁੱਦੇ ਦੇ ਉੱਤੇ ਪਹਿਰਾ ਦਊਂਗਾ। ਔਰ ਇਹਦੀ ਆਵਾਜ਼ ਜੇ ਲੋਕ ਸਾਡੇ ਅੰਮ੍ਰਿਤਸਰ 'ਤੇ ਵਿਸ਼ਵਾਸ ਰੱਖਦੇ ਨੇ, ਮੈਨੂੰ ਚੁਣਗੇ ਔਰ ਮੈਂ ਇਹਦੀ ਆਵਾਜ਼ ਬੁਲੰਦ ਕਰੂੰਗਾ। ਇਸ ਦੌਰਾਨ ਹਮਾਇਤੀਆਂ ਨੇ ਗਰਮ ਜੋਸ਼ੀ ਨਾਲ ਔਜਲਾ ਦਾ ਸਵਾਗਤ ਕੀਤਾ। ਔਜਲਾ ਨੇ ਕਿਹਾ ਕਿ ਉਹ ਗੁਰੂ ਨਗਰੀ ਦੇ ਸਾਰੇ ਮੁੱਦਿਆਂ ਨੂੰ ਲੈ ਕੇ ਜਨਤਾ ਦੀ ਕਚਹਿਰੀ ਜਾਣਗੇ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਉਹਨਾਂ ਨੂੰ ਹਮਾਇਤ ਦੇਣਗੇ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਅੰਮ੍ਰਿਤਸਰ ਲੋਕ ਸਭਾ ਸੀਟ ਖਾਲੀ ਹੋਈ ਸੀ, ਜਿਸ 'ਤੇ 4 ਫਰਵਰੀ ਨੂੰ ਹੀ ਚੋਣ ਹੋਣੀ ਹੈ। ਅਜਿਹੇ 'ਚ ਸੀਟ 'ਤੇ ਗੁਰਜੀਤ ਸਿੰਘ ਔਜਲਾ ਦੇ ਲਈ ਜਿੱਤੀ ਚੁਣੌਤੀ ਜ਼ਿਆਦਾ ਵੱਡੀ ਹੈ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ।